ਹੈਲੋ ਜੀ, ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਵੈਲਕਮ ਬੈਕ ਟੂ ਮਾਈ ਚੈਨਲ ਪੰਜਾਬੀ ਬਲੌਗਰ ਰਿਤਿਕ ਸ਼ਰਮਾ ਰੀਅਲ ਲਾਈਫ। ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਬਲੌਗ। ਅਸੀਂ ਗਏ ਸੀ ਮੇਰੇ ਪਿੰਡ ਦੀਵਾਲੀ ਤੋਂ ਦੂਸਰੇ ਦਿਨ, ਉਹੀ ਬਲੌਗ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ। ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ, ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰ ਲਿਓ। ਇਹ ਭੀੜ ਅਸੀਂ ਜਦੋਂ ਗੋਬਿੰਦਗੜ੍ਹ ਤੋਂ ਨਾਭੇ ਨੂੰ ਜਾਂਦੇ ਹਾਂ ਰਸਤੇ ਦੇ ਵਿੱਚ ਪੈਂਦਾ ਹੈ, ਫਿਰ ਅਸੀਂ ਵੀਡੀਓ ਬਣਾਉਣ ਲਈ ਰੁਕੇ ਸੀ। ਕਾਫੀ ਬੰਦਰ ਸੀਗੇ ਇੱਥੇ, ਅਤੇ ਨੀਚੇ ਲੋਕਾਂ ਨੇ ਇਹ ਜੋ ਵੀ ਇਹਨਾਂ ਨੂੰ ਖਾਣਾ ਪਾਉਂਦੇ ਆ ਨਾ, ਲਿਫਾਫਿਆਂ ਦਾ ਢੇਰ ਲਗਾ ਰੱਖਿਆ, ਗੰਦ ਪਾਇਆ ਹੋਇਆ। ਹੁਣ ਉਹ ਵੱਡੇ ਹੋ ਗਏ ਨਾ ਬੱਚੇ, ਹੁਣ ਸਾਰਿਆਂ ਦੀ ਲੰਬਾ ਕਾਰਤਿਕ ਹੈ, ਉਮਰ ਘੱਟ ਹੈ ਨਾ। ਹੈਲੋ ਬੇਬੀ,
ਕਿੰਨਾ ਸੋਹਣਾ ਸੋਹਣਾ ਲੱਗਦਾ ਪਿਆ ਹਨਾ। ਹੋਸਪਿਟਲ ਸਾਰਾ ਕੁਛ ਚੇਂਜ ਹੋ ਗਿਆ, ਨੀਵਾਂ ਹੋ ਗਿਆ ਨਾ, ਇਧਰਲੀ ਸੜਕ ਉੱਚੀ ਹੋ ਗਈ, ਪਹਿਲਾਂ ਇਹ ਹੁੰਦੀ ਸੀ ਨੀਵੀਂ, ਇੱਧਰ ਉੱਚਾ ਹੁੰਦਾ ਸੀ ਨਾ। ਮਨੀਸ਼ਾ ਦੀ ਫਰੈਂਡ ਰਹਿੰਦੀ ਹੁੰਦੀ ਸੀ, ਅਸੀਂ ਜਾਂਦੇ ਹੁੰਦੇ ਸੀ ਉਹਦੇ ਘਰ, ਹੁਣ ਉਹ ਚਲ ਗਈ ਹੁਣ ਤਾਂ ਇੱਦਾਂ ਲੱਗਦਾ ਜਿੱਦਾਂ ਕੋਈ ਰਹਿੰਦਾ ਹੀ ਨਹੀਂ ਹਨਾ, ਹੁਣ ਨਹੀਂ ਰਹਿੰਦਾ, ਸਨਾਟਾ ਜਿਹਾ ਹੋਇਆ ਪਿਆ। ਲਾਲ ਲੱਛੜੀ ਲਾਲ ਲਾਲ ਕੱਪੜੇ ਪਾਉਂਦੇ ਨੇ, ਸੋਹਣੇ ਲੱਗਦੇ ਹਨਾ, ਲਾਲ ਲਾਲ ਕੱਪੜੇ, ਹਰੇ ਹਰੇ ਖੇਤ, ਸਰੋਂ ਇੱਧਰ, ਸਰੋਂ, ਅੱਛਾ ਇਹ ਤੋੜੀਆ ਹੋਣਾ, ਸਰੋਂ ਨਹੀਂ ਹੈਗੀ, ਸੜਕ ਖਰਾਬ ਹੋਈ ਸੀ ਹਨਾ। ਕੋਈ ਨੀ, ਮੇਰਾ ਜ਼ਿਆਦਾ ਸੋਹਣਾ ਹੈ। ਵਾਓ ਕਿੰਨਾ ਸੋਹਣਾ ਵਿਊ ਹੈ ਨਾ ਖੇਤਾਂ ਦਾ, ਬਹੁਤ ਪਿਆਰਾ ਲੱਗਦਾ। ਇੱਧਰ ਸਾਹਮਣੇ ਉਹ ਹੈਗਾ, ਉਹ ਪਿੱਛੇ ਇੱਧਰ ਵੀ ਪਿੰਡ ਪੈਂਦਾ, ਇੱਧਰ ਵੀ ਪੈਂਦਾ। ਫੋਟੋ ਚ ਫੋਟੋ ਜ਼ੋਰ ਲਾ ਲਿਆ ਮੈਂ, ਬੱਚਿਆਂ ਦੇ ਵੀ ਧੱਕੇ ਤੋਂ ਪਾ ਕੇ ਲਈ ਆ ਮੈਂ। ਇਸ ਟਾਈਮ ਅਸੀਂ ਫਿਰ ਰਹੇ ਹਾਂ ਖੇਤਾਂ ਦੇ ਵਿੱਚ, ਬਾਰਿਸ਼ ਆ ਰਹੀ ਆ, ਠੰਡਾ ਠੰਡਾ ਮੌਸਮ, ਠੰਡੀ ਹਵਾ ਚੱਲ ਰਹੀ ਆ, ਚਾਰੇ ਪਾਸੇ ਖੇਤ ਹੀ ਖੇਤ, ਖੇਤ ਹੀ ਖੇਤ, ਖੇਤ ਹੀ ਖੇਤ। ਡੈਡੀ ਨਹੀਂ ਆਏ, ਬਾਰਿਸ਼ ਸ਼ੁਰੂ ਹੋ ਰਹੀ ਆ, ਆ ਰਹੀ ਆ ਨਾ, ਦੇਖੋ ਉੱਪਰ ਪੈਂਦੀ ਪਈ ਆ। ਹੋ ਸ਼ਰਮਾ ਜੀ, ਸਸੁਰਾਲ ਆ ਕੇ ਕਿੱਦਾਂ ਫੀਲ ਹੋ ਰਿਹਾ? ਬਹੁਤ ਵਧੀਆ ਹੋ ਰਿਹਾ, ਬਹੁਤ ਵਧੀਆ ਹੋ ਰਿਹਾ, ਵਧੀਆ ਲੱਗ ਰਿਹਾ। ਹਾਂਜੀ ਹਾਂਜੀ, ਬਹੁਤ। ਨਹੀਂ ਤਾਂ ਅੱਗੇ ਤੱਕ ਜਾ ਕੇ ਆਉਂਦੇ ਜੇ ਬਾਰਿਸ਼ ਨਾ ਹੁੰਦੀ। ਕਣਕਾਂ ਬੀਜੀਆਂ ਹੋਈਆਂ ਲੱਗਦੀਆਂ ਨੇ ਹਨਾ, ਹੋ ਰਹੀਆਂ ਨੇ ਨਾ, ਕਣਕ ਹੋ ਰਹੀ ਆ, ਕਣਕਾਂ ਹੋ ਰਹੀਆਂ ਨੇ, ਖੁਸ਼ਬੂ ਨਿਕਲਦੀ ਮਿੱਟੀ ਚੋਂ, ਖੁਸ਼ਬੂ, ਸਹੀ ਗੱਲ ਕਰਦਾ। ਪੂਜਾ ਕਰਦੇ ਸ਼ੁਰੂ ਹੀ ਲੱਗਾ ਹੈ ਕਰਨ ਨੂੰ, ਆ ਦੇਖੂਗੀ ਨਾ ਵਿੱਚੋਂ ਛਾਂਟਣੀ ਪੈਂਦੀ ਹੁੰਦੀ ਹੈ ਨਾ, ਜਿਹੜਾ ਜ਼ਿਆਦਾ ਵਧੀਆ ਵਿਊ ਲੱਗਦਾ ਉਹ ਵਾਲਾ ਫਿਰ ਦੇ ਦਿਓ। ਕਿੰਨਾ ਬੱਦਲ ਗਰਜਦਾ ਪਿਆ, ਵੀਹ ਲਾ ਦਿੰਦਾ ਪੂਜਾ ਕਰਨ, ਪਰ ਛੀਮਾ ਦਾ ਆ ਕੇ ਜਾਂਦਾ। ਮਿਲ ਲੈਣ ਦੋ ਮਾਮਾ ਜੀ ਨੂੰ ਹੁਣ, ਕਾਫੀ ਟਾਈਮ ਬਾਅਦ ਗਏ ਨੇ ਤੁਹਾਨੂੰ ਮਿਲਣ ਲਈ, ਆਏ ਹੋਏ ਰੱਖੇ ਤੋਂ, ਬਾਰਿਸ਼ ਪੈਣ ਲੱਗ ਗਈ, ਅਸੀਂ ਤਾਂ ਕਿੱਥੇ ਆ, ਖੇਤ ਖੇਤਾਂ ਵੱਲ ਆਏ ਸੀਗੇ, ਇੱਥੇ ਹੀ ਆ ਜੀ, ਪਹੁੰਚ ਗਏ ਘਰ। ਅੱਛਾ ਥੱਲੇ ਮਾਜਰੇ ਕਿੱਥੇ ਆਈ ਆ, ਨਾਲ ਹੀ ਨਾਲੇ ਨੇ ਆ ਗਏ, ਰਸਤੇ 'ਚ ਮਿਲ ਜਾਣਗੇ। ਆਹ ਦੇਖੋ ਪਿੱਛੇ, ਆ ਪਿੱਛੇ ਜਿਹੜਾ ਨਾਲ ਪਿੰਡ ਪੈਂਦਾ ਉਹ ਇਕੱਲਾ ਨਜ਼ਰਾ ਪੈਂਦਾ, ਪਿੱਛੇ ਪੈਂਦਾ ਸਰਾਜਪੁਰ ਸਾਈਡ 'ਤੇ ਪੈਂਦਾ ਬਰਸਟ, ਇੱਦਾਂ ਬਾਰਿਸ਼ ਪੈਂਦੀ ਪੈਣਾ ਮੂੰਹ 'ਤੇ, ਹਰਿਆਲੀ ਹਰਿਆਲੀ ਸੋਹਣੀ ਲੱਗਦੀ ਆ। ਪਟਿਆਲੇ ਵੀ ਅਸੀਂ ਸਹੀ ਟਾਈਮ ਪਹੁੰਚ ਗਏ ਸੀ ਉੱਦਣ, ਨਹੀਂ ਉਸ ਤੋਂ ਬਾਅਦ ਤਾਂ ਉਹ ਡੈਥ ਹੋ ਗਈ ਸੀ ਉਹ ਨਾਲ ਵਾਲਿਆਂ ਦੇ, ਮੁੜ ਕੇ ਕੁਛ ਹੋਇਆ ਹੀ ਨਹੀਂ। ਪਹਿਲਾਂ ਮੈਂ ਜਿਹੜਾ ਬਣਾ ਲਈ ਬਣੀ ਵੀਡੀਓ ਬਣਾ ਲਈ ਬਸ, ਬਾਰਿਸ਼ ਹੋ ਰਹੀ ਹੈ।
ਹੁਣ ਤੁਸੀਂ ਆਪੇ ਸੋਚੋ। ਤੇ ਫਿਰ ਉੱਪਰ ਦੀ ਫੇਰ ਨੀਂਦ ਨਹੀਂ ਆਈ ਪਟਾਕਿਆਂ ਦੇ ਵਿੱਚ। ਰੋਡ ਦੇ ਆਪਣੇ ਨੀਚੇ ਸਾਰੀ ਸੜਕ ਗਿੱਲੀ ਹੋ ਗਈ। ਜੂਮ ਕਰਕੇ ਤੋਤਾ ਤੋਤਾ ਕਿੰਨਾ ਸੋਹਣਾ ਲੱਗਦਾ ਨਾ। ਇਹ ਮੇਰਾ ਪਿੰਡ ਉੱਪਰ ਤਾਂ ਠੰਡੀ ਹਵਾ ਚੱਲਦੀ ਪਈ ਆ। ਇਹ ਹੈਗਾ ਛੋਟੇ ਭਰਾ ਦਾ ਘਰ ਜਿੱਥੇ ਅਸੀਂ ਇਸ ਟਾਈਮ ਖੜੇ ਹਾਂ। ਆਹ ਸਾਹਮਣੇ ਹੈਗਾ ਸਾਡੇ ਤਾਇਆ ਜੀ ਦਾ, ਉਦੋਂ ਜਿਹੜਾ ਪਿੱਛੇ ਵਾਲਾ ਉਹ ਵੀ ਤਾਇਆ ਜੀ ਉਹਨਾਂ ਦਾ। ਆਹ ਵੱਡੇ ਭਰਾ ਦਾ ਘਰ ਆ ਜਿਹੜੇ ਪਟਿਆਲੇ ਰਹਿੰਦੇ ਆ। ਇੱਧਰ ਵੀ ਤਾਇਆ ਜੀ ਦਾ ਆਹ ਨਾਲ ਵਾਲਾ, ਬਿਲਕੁਲ ਨਾਲ ਨਾਲ ਨੇ ਸਾਡੇ, ਦੀਵਾਰਾਂ ਦੇ ਨਾਲ ਦੀਵਾਰਾਂ ਲੱਗੀਆਂ ਹੋਈਆਂ। ਬੇਰ ਲੱਗੇ ਹੋਏ ਆ ਬੇਰੀ ਤੇ, ਹਨਾ। ਬੇਰ ਲੱਗ ਰਿਹਾ ਬੇਰੀ ਤੇ, ਠੰਡ ਬਹੁਤ ਆ, ਰਾਤ ਗੜੇ ਪਏ ਆ। ਇਹ ਹੈਗਾ ਸਾਡਾ ਮੱਝਾਂ ਵਾਲਾ ਘਰ, ਹੁਣ ਮੱਝਾਂ ਨਹੀਂ ਹੈਗੀਆਂ ਇੱਥੇ, ਪਿੱਛੇ ਦੇ ਗਹਾਰੇ ਨਾਲ ਪੜੋਸੀਆਂ ਦਾ। ਸਾਹਮਣੇ ਗੁਰਦੁਆਰਾ ਪਿੰਡ। ਸਵੇਰੇ ਸ਼ੁਰੂ ਹੋ ਗਏ ਬੱਚੇ ਪਟਾਕੇ ਲੱਗੇ ਹੋਏ ਵਜਾਉਣ। ਆਹ ਇੱਕ ਸਾਡੇ ਮੱਝਾਂ ਵਾਲਾ ਘਰ, ਦੀਪੇ ਦੀ ਫੋਟੋ ਸਿੱਟੀ ਪਈ ਏਦਾਂ ਹੀ। ਇੱਥੇ ਮੱਝਾਂ ਹੁੰਦੀਆਂ ਸੀ ਸਾਡੀਆਂ, ਹੁਣ ਇਹਨਾਂ ਨੇ ਬੀਜਿਆ ਹੋਇਆ ਧਨੀਆ ਧੁਨੀਆ। ਹਵਾ ਠੰਡੀ ਠੰਡੀ ਚੱਲ ਰਹੀ ਆ। ਕਿੱਥੇ ਗਿਆ ਪਏ ਸੀਗੇ ਓਏ। ਕੁਛ ਨੀ ਹੋਇਆ, ਸ਼ਰਾਰਤੀ ਬੱਚੇ। ਹੁਣ ਜਾ ਕੇ ਫੁੱਟਿਆ, ਇੱਕ ਜਗ੍ਹਾ ਜਗਾ ਲਓ ਨਾ, ਇੱਕ ਜਗ੍ਹਾ ਹੁਣ ਉਰੀ ਲਾਈਏ ਉਰੀ ਘੇਰਦੀ। ਬੱਚਿਆਂ ਦੀ ਮਸਤੀ ਚੱਲ ਰਹੀ ਹੈ। ਉਹ 12 ਰੁਪਏ ਦਾ ਪੈਕਟ ਸੀ ਬੜਾ ਹੈ, ਲੋ ਕੁੱਕੂ 5 ਵਾਲਾ ਦੇਖ ਲੈ, 10 ਚ ਦੇ ਰਿਹਾ ਸੀਗਾ ਹੁਣ ਦੇ। ਇੱਥੇ ਖੜ ਕੇ ਖੇਤ ਕਿੰਨੇ ਨੇੜੇ ਲੱਗਦੇ ਆ ਹਨਾ, ਸਾਰੇ ਰਸਤੇ ਦੀ ਰਿਹਾ। ਮੈਂ ਕੀ ਕਰਦਾ ਤੂੰ, ਕਮ ਸੇ ਕਮ ਦੱਸ ਤਾਂ ਦਿਆ ਕਰੋ ਨਾ ਵੀ ਕਿੱਧਰੋਂ ਛੱਡਦੇ ਤੁਸੀਂ, ਜਿੱਦਾਂ ਜੀ ਕਰਦਾ ਉੱਧਰ ਛੱਡ ਦਿੰਦੇ ਤੁਸੀਂ। ਇਹ ਹੈਗਾ ਮੇਰੇ ਛੋਟੇ ਭਰਾ ਦਾ ਘਰ, ਇਹਨਾਂ ਦਾ ਡਰਾਇੰਗ ਰੂਮ। ਸਾਹਮਣੇ ਏਦਾਂ ਦੋ ਰੂਮ ਬਣੇ ਹੋਏ ਆ। ਇਹ ਛੋਟਾ ਭਰਾ ਹੈ ਮੇਰਾ, ਹੈਲੋ ਬ੍ਰ। ਇਹ ਉਹਨਾਂ ਦੀ ਬੇਟੀ ਆ, ਉੱਪਰ ਲਵ ਹੈ ਸਾਹਮਣੇ। ਇੱਧਰ ਬਾਥਰੂਮ ਤੇ ਇੱਧਰ ਹੈਗਾ ਆਹ ਵਾਲਾ ਕਿਚਨ, ਆਹ ਵਾਲਾ ਸਟੋਰ ਰੂਮ ਤੇ ਇਹ ਵੀ ਬੈਡਰੂਮ ਆ। ਲਵ ਦੀ ਉੱਪਰ ਸ਼ਰਾਰਤਾਂ ਸ਼ੁਰੂ ਕਰ ਕਰ
ਕਰੋ ਕਰੋ ਕਰੋ। ਇੱਧਰ ਹੈਗੀ ਕਿਚਨ, ਭਰਜਾਈ ਲੱਗੀ ਹੋਈ ਆ ਪਕੌੜੇ ਸ਼ਕੌੜੇ ਬਣਾਉਣ। ਕਿੱਥੇ ਆ, ਕਿੱਧਰ ਨੂੰ ਜਾਣਾ? ਇੱਧਰ ਨੂੰ। ਕਿੱਥੇ ਘੁੰਮ ਗਏ? ਇਹ ਬੈਠੀ ਆ ਮੇਰੀ ਭਰਜਾਈ ਵਿਚਾਰੀ ਕੰਮ ਲੱਗੀ ਹੋਈ ਆ, ਅਸੀਂ ਬੈਠੇ ਆ ਟੋਰ ਨਾਲ। ਸੇਵਾ ਹੋ ਰਹੀ ਆ ਜੀ, ਸਾਡੀ ਸੇਵਾ ਹੋ ਰਹੀ ਆ। ਇੱਧਰ ਸਾਹਮਣੇ ਵੱਡੇ ਭਰਾ ਦਾ ਘਰ। ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ, ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਖੁਸ਼ ਰਹੋ, ਆਪਣਾ ਅਤੇ ਆਪਣੀ ਫੈਮਿਲੀ ਦਾ ਖਿਆਲ ਰੱਖੋ। ਮਿਲਦੀ ਹਾਂ ਫਿਰ ਆਉਣ ਵਾਲੀ ਵੀਡੀਓ, ਤਦ ਤੱਕ ਲਈ ਬਾਏ ਬਾਏ।